ਲੈਟਸ ਟਾਕ ਤੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਕਰਦੇ ਹਾਂ ਹਾਰਦਿਕ ਸਵਾਗਤ ਹੋਮਿਓਪੈਥਿਕ ਨੂੰ ਮੁੱਖ ਰੱਖ ਕੇ ਅਸੀਂ ਇੱਕ ਨਵੀਂ ਸੀਰੀਜ਼ ਸ਼ੁਰੂ ਕੀਤੀ ਹੈ ਜਿਸ ਵਿੱਚ ਕਿ ਮੇਰਾ ਸਾਥ ਦੇ ਰਹੇ ਨੇ ਡਾਕਟਰ ਰਾਮ ਸਰੂਪ ਸੈਣੀ ਜਿਹੜੇ ਕਿ ਇੱਕ ਨਾਮਵਰ ਹੋਮਿਓਪੈਥਿਕ ਡਾਕਟਰ ਨੇ ਆਵਾਜ਼ ਨਕਲ ਉਸੀ ਜਾਣਕਾਰੀ ਲੈਣੇ ਹੈ ਕਿ ਕਿਸ ਤਰ੍ਹਾਂ ਨਸ਼ੇ ਜਿਹੜੇ ਨੇ ਉਹ ਦਿਨ-ਬਦਨ ਇੱਕ ਬਹੁਤ ਵੱਡੀ ਸਮੱਸਿਆ ਸਾਡੇ ਭਾਈਚਾਰੇ 'ਚ ਬੰਦੀ ਜਾ ਰਹੀ ਹੈ ਹੋਮੋਪੈਥੀ ਦਾ ਸਹਾਰਾ ਲੈ ਕੇ ਕਿਵੇਂ ਇਸ ਦਾ ਕੋਈ ਨਾ ਕੋਈ ਇਸ ਦਾ ਟਾਕਰਾ ਕੀਤਾ ਜਾ ਸਕਦਾ ਹੈ ਸਵਾਗਤ ਕਰਦੇ ਹਾਂ ਡਾਕਟਰ ਰਾਮ ਸਰੂਪ ਸੈਣੀ ਦਾ ਜੈਨੂ ਡਾਕਟਰ ਵੈਲਕਮ ਟੂ ਪ੍ਰੋਗਰਾਮ ਥੈਂਕ ਯੂ ਹਰਪ੍ਰੀਤ ਸਿੰਘ ਜੀ ਥੈਂਕ ਯੂ ਵੈਰੀ ਮਾਚ ਨਸ਼ਿਆਂ ਦੀ ਜਦ ਗੱਲ ਕਰਦੇ ਜੀ ਤੇ ਨਸ਼ੇ ਦੁਨੀਆ ਭਰ ਦੇ ਵਿੱਚ ਜਿਹੜੇ ਨੇ ਤੇ ਖਾਸ ਤੌਰ ਤੇ ਪੰਜਾਬ ਵਿੱਚ ਜਿੱਥੋਂ ਅਸੀਂ ਆਏ ਹਾਂ ਉੱਥੇ ਇੱਕ ਕੋੜ ਬੰਦੇ ਜਾ ਰਹੇ ਨੇ ਤਬਾਹ ਕਰ ਰਹੇ ਨੇ ਸਾਰੇ ਸਾਡੀ ਆਨ ਵਾਲੀ ਪਨੀਰੀ ਨੂੰ ਵੀ ਇਨਾ ਮੁਲਕਾਂ ਚ ਜਿੱਥੇ ਅਸੀਂ ਰਹਿ ਰਹੇ ਹਾਂ ਇੱਥੇ ਵੀ ਉਹੀ ਸਮੱਸਿਆ ਹੈ ਇਹ ਨਸ਼ੇ ਲੱਗਣ ਦਾ ਸਾਨੂੰ ਕੀ ਮੁੱਖ ਕਾਰਨ ਕੀ ਹੈਗਾ ਤੇ ਅਗੇਨ ਵਿਦ યોਰ ਪ੍ਰੈਕਟਿਸ 40 ਸਾਲ ਦਾ ਤਜਰਬਾ ਤੁਸੀਂ ਰੱਖਦੇ ਹੋ ਇਹਦੇ ਵਿੱਚ ਤੁਸੀਂ ਵੱਖਰੇ ਵੱਖਰੇ ਲੋਕਾਂ ਨੂੰ ਮਿਲਿਓ ਕਿਹੜੇ-ਕਿਹੜੇ ਕਾਰਨ ਜਿਹੜੇ ਨੇ ਸਾਹਮਣੇ ਆ ਰਹੇ ਨੇ ਹਰਪ੍ਰੀਤ ਸਿੰਘ ਜੀ ਜਦੋਂ ਅਸੀਂ ਜੰਮੇ ਪਲੇ ਸੀ ਜਿਹੜੇ ਮਾਹੌਲ ਦੇ ਵਿੱਚ ਇੰਡੀਆ ਦੇ ਵਿੱਚ ਤਾਂ ਉਦੋਂ ਪਹਿਲੀ ਗੱਲ ਜ਼ਿੰਦਗੀ ਦੇ ਵਿੱਚ ਇਹ ਰਫਤਾਰ ਨਹੀਂ ਸੀਗੀ ਹੂੰ ਜ਼ਿੰਦਗੀ ਦੇ ਵਿੱਚ ਜਿਹੜੇ ਟਾਰਗੇਟ ਸੀਗੇ ਉਹ ਬਹੁਤੇ ਉੱਚੇ ਨਹੀਂ ਸੀ ਫਿਕਸ ਕੀਤੇ ਜਾਂਦੇ ਜੀ ਔਰ ਇੱਕ ਤਰ੍ਹਾਂ ਨਾਲ ਠੰਮੇ ਨਾਲ ਇੱਕ ਚੀਜ਼ ਨੂੰ ਲਿਆ ਜਾਂਦਾ ਸੀਗਾ ਹਮ ਪਿੰਡ ਦੇ ਵਿੱਚ ਰਹਿੰਦੇ ਹੋਇਆ ਪਿੰਡ ਦੇ ਆਪਣੇ ਘਰ ਦੇ ਵਿੱਚ ਜਿਹੜੇ ਮੈਂਬਰ ਤੁਹਾਡੇ ਤੋਂ ਵੱਡੇ ਛੋਟੇ ਰਹ ਰਹੇ ਨੇ ਉਹਨਾਂ ਸਾਰਿਆਂ ਦਾ ਧਿਆਨ ਹੁੰਦਾ ਹੀ ਹੁੰਦਾ ਸੀਗਾ ਜੀ ਉਸ ਗਲੀ ਮੁਹੱਲੇ ਦੇ ਵਿੱਚ ਜਿਹੜੇ ਘਰ ਸੀਗੇ ਉਹਨਾਂ ਦਾ ਖਿਆਲ ਵੀ ਹੁੰਦਾ ਸੀ ਨਾ ਸਿਰਫ ਇਹ ਉਸ ਪਿੰਡ 'ਚ ਅਗਰ 250 300 ਘਰ ਨੇ ਤਾਂ ਤੁਹਾਨੂੰ ਉਸ ਸਾਰੇ ਘਰਾਂ ਦੇ ਵਿੱਚ ਜਿੰਨੇ ਵੀ ਮਨੁੱਖ ਰਹਿੰਦੇ ਸੀਗੇ ਉਹਨਾਂ ਦੇ ਪ੍ਰਤੀ ਤੁਹਾਡਾ ਇੱਕ ਬੜਾ ਅੱਛਾ ਸਹਿਚਾਰਜ ਰਿਸਪੈਕਟ ਵੀ ਹੁੰਦੀ ਸੀਗੀ ਜੀ ਡਰ ਵੀ ਹੁੰਦਾ ਸੀਗਾ ਮਨ 'ਚ ਜਿਉਂ-ਜਿਉਂ ਅਸੀਂ ਅੱਗੇ ਵਧੇ ਗਏ ਆ ਜਿਉਂ-ਜਿਉਂ ਸਾਡੀ ਅਸੀਂ ਕਹਿੰਦੇ ਅਸੀਂ ਇਵੋਲਵ ਹੋਏ ਆ ਸੈਂਟੀਫਿਕਲੀ ਵੀ ਹਰ ਇੱਕ ਤਰ੍ਹਾਂ ਤਰੱਕੀਆਂ ਕੀਤੀਆਂ ਨੇ ਬੜੀ ਚੰਗੀ ਗੱਲ ਆ ਅੱਜ ਦੇ ਦੌਰ ਦੇ ਵਿੱਚ ਹਰ ਜਗ੍ਹਾ ਤਰੱਕੀ ਹੈਗੀ ਆ ਤੇ ਉਸ ਤਰੱਕੀ ਦੇ ਚਲਦਿਆਂ ਹੋਇਆਂ ਕੁਛ ਨਾ ਕੁਛ ਮਨੁੱਖ ਜਿਹੜਾ ਹੈਗਾ ਕਿਸੇ ਪਦਰ ਤੇ ਪ੍ਰਭਾਵਿਤ ਵੀ ਹੋਇਆ ਹੈਗਾ ਜੀ ਉਹ ਇੱਕ ਦੂਜੇ ਦੇ ਨਾਲ ਆਪਣੀ ਰਫ਼ਤਾਰ ਨੂੰ ਮੈਚ ਕਰਨ ਵਾਸਤੇ ਹੂੰ ਹੂੰ ਕਿਸੇ ਨਾ ਕਿਸੇ ਚੀਜ਼ ਦਾ ਇਸਤੇਮਾਲ ਵੀ ਕਰਨ ਦਾ ਉਹਨੂੰ ਆਪਣੀ એનર્ਜੀ ਲੈਵਲ ਨੂੰ ਵਧਾਉਣ ਵਾਸਤੇ ਜੀ ਲੋੜ ਪੈਂਦੀ ਰਹੀ ਹੈ ਠੀਕ ਪਰ ਜ਼ਰੂਰੀ ਨਹੀਂ ਹੈ ਕਿ ਵੀ એનર્ਜੀ ਲੈਵਲ ਨੂੰ ਵਧਾਉਣ ਵਾਸਤੇ ਸਿਰਫ ਇਹ ਨਸ਼ੇ ਹੀ ਇੱਕ ਅ ਜ਼ਰੀਆ ਨੇ ਇੱਕ ਜ਼ਰੀਆ ਨੇ ਕੋਈ ਹੋਰ ਵੀ ਚੀਜ਼ਾਂ ਹੈਗੀਆਂ ਬੜੀਆਂ ਅੱਛੀਆਂ ਅਮ ਨੈਚੁਰਲ ਚੀਜ਼ਾਂ ਹੈਗੀਆਂ ਜਿਹਦੇ ਕਰਕੇ ਤੁਸੀਂ ਉਹਨਾਂ ਨੂੰ ਸੇਵਨ ਕਰੋ ਤਾਂ ਤੁਹਾਨੂੰ ਆਪਣੀ ਬਾਡੀ ਜਿਹੜੀ ਹੈਗੀ ਆ ਉਹ ਬਲਵਾਨ ਲੱਗਦੀ ਆ ਰਾਈਟ ਓਕੇ ਜਿਉਂ-ਜਿਉਂ ਅਸੀਂ ਦੌੜਤੁਪ ਦੀ ਜ਼ਿੰਦਗੀ ਦੇ ਵਿੱਚ ਐ ਮੈਂ ਤਾਂ ਦੌੜਤੁਪ ਦੀ ਜ਼ਿੰਦਗੀ ਨੂੰ ਔਰ ਛੇਤੀ ਅਮੀਰ ਬਣਨ ਨੂੰ ਹੂੰ ਨਸ਼ਿਆਂ ਦੇ ਪਿੱਛੇ ਇੱਕ ਮੇਨ ਵਜ੍ਹਾ ਸਮਝਦਾ ਠੀਕ ਤੀਜੀ ਵਾਰ ਇਹਦੇ ਵਿੱਚ ਹੂੰ ਫੈਮਿਲੀ ਫਰੰਟ ਦੇ ਉੱਪਰ ਜੀ ਸਾਡੇ ਕਿਹੜਾ ਜਿਹਾ ਸਰਚਾਰਜਾ ਇੱਕ ਦੂਜੇ ਦੇ ਨਾਲ ਹੂੰ ਹੂੰ ਸਾਨੂੰ ਕਹੇ ਜੀ ਸਿਚੁਏਸ਼ਨ ਫੈਮਿਲੀ ਦੇ ਉੱਪਰ ਸਾਹਮਣਾ ਕਰਨਾ ਪੈ ਰਹੀਆਂ ਹੈਗੀਆਂ ਹੂੰ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਮੈਂ ਦੇਖਦਾ ਜਿਹੜੇ ਬੱਚੇ ਕੋਈ ਸਬਸਟੈਂਸ ਅਬਿਊਜ਼ ਦੀ ਵਜ੍ਹਾ ਬਣੇ ਹੋਏ ਆ ਮੈਜੋਰਿਟੀ ਆਫ ਥੈਮ ਆਰ ਕਮਿੰਗ ਫਰੋਮ ਡਿਸਫੰਕਸ਼ਨਲ ਫੈਮਿਲੀਜ਼ ਹੂੰ ਜਿਨ੍ਹਾਂ ਫੈਮਿਲੀਜ਼ ਦੇ ਵਿੱਚ ਮਾਂ ਪਿਓ ਦੇ ਵਿੱਚ ਆਪਸ ਵਿੱਚ ਪਿਆਰ ਨਹੀਂ ਹੈਗਾ ਹੂੰ ਆਪਸ ਦੇ ਵਿੱਚ ਇੱਕ ਦੂਜੇ ਦੀ ਇੱਜ਼ਤ ਨਹੀਂ ਕਦਰ ਨਹੀਂ ਕਰਦੇ ਹੈਗੇ ਜੀ ਔਰ ਉਹ ਬੱਚੇ ਜਦੋਂ ਛੋਟੇ ਹੁੰਦੇ ਹਿਆ ਉਸ এনवायरमेंट ਦੇ ਵਿੱਚ ਪਲ ਰਹੇ ਹੈਗੇ ਆ ਉਹ ਦੇਖਦੇ ਆ ਕਿ ਸਾਡੇ ਪੇਰੈਂਟਸ ਆਪਸ ਦੇ ਵਿੱਚ ਲੜਦੇ ਹੀ ਰਹਿੰਦੇ ਆ ਰਾਈਟ ਇਹ ਤਾਂ ਸਾਡੇ ਧਿਆਨ ਹੀ ਨਹੀਂ ਦਿੰਦੇ ਸਾਡੇ ਵੱਲ ਲੜਨ ਤੋਂ ਸਿਵਾ ਨਾ ਹੋਰ ਕੋਈ ਕੰਮ ਨਹੀਂ ਹੈਗਾ ਜੀ ਤਾਂ ਉਹਨਾਂ ਦੇ ਮਨ ਦੇ ਵਿੱਚ ਕੀ ਇਮਪ੍ਰੈਸ਼ਨਸ ਇੰਬਾਈਵ ਕਰਦੇ ਆ ਉਹ ਇਹ ਕਰਦੇ ਆ ਕਿ ਜੇ ਇਹ ਇਸੇ ਤਰ੍ਹਾਂ ਹੀ ਕਰਦੇ ਰਹੇ ਤਾਂ who would provide for us ਰਾਈਟ ਹਮ ਹਮ ਦੇ ਫੀਲ ਫੋਰਸਕਨ ਜੀ ਦੇ ਫੀਲ ਅਬੰਡਨ ਤਹਫੀਲ ਕੇ ਸਾਡੀ ਤਾਂ ਇਹਨਾਂ ਨੂੰ ਪ੍ਰੋਵਾਈਡ ਨਹੀਂ ਹੈਗੀ। ਹੂੰ। ਔਰ ਫਿਰ ਜੋ ਉਹਨਾਂ ਦੇ ਮਨ ਦੇ ਵਿੱਚ ਬਲਬਲੇ ਉੱਠਦੇ ਹੈਗੇ ਆ ਉਹਨਾਂ ਨੂੰ ਉਹ ਕਿਵੇਂ ਡੀਲ ਕਰਨ? ਰਾਈਟ। ਉਹ ਘਰ ਦੇ ਵਿੱਚ ਅਗਰ ਨਹੀਂ ਕੋਈ ਗੱਲ ਕਰ ਸਕਦਾ ਜਿਵੇਂ ਜਿਵੇਂ ਵੱਡੇ ਹੁੰਦੇ ਆ। ਹੂੰ। ਕਈ ਕੇਸਾਂ ਦੇ ਵਿੱਚ ਸਾਡਾ ਐਜ਼ ਪੇਰੈਂਟਸ ਹੂੰ ਸੁਭਾ ਜਿਹੜਾ ਹੈਗਾ ਉਹ ਇਨਾ ਸਟ੍ਰਿਕਟ ਹੁੰਦਾ ਹੈਗਾ। ਥੈਟ ਵੀ ਟ੍ਰਾਈ ਟੂ ਕੰਟਰੋਲ ਦਾ ਚਾਈਲਡ। ਰਾਈਟ। ਬਗੈਰ ਰੀਜ਼ਨ ਅਬਜੈਕਟਿਵ ਰੀਜ਼ਨ ਦਿੱਤਿਆਂ ਅਸੀਂ ਬੱਚੇ ਦੀ ਭਾਵਨਾਵਾਂ ਨੂੰ ਕਈ ਵਾਰੀ ਦਬਾ ਦਿੰਦੇ ਹਾਂ ਹਮ ਬੱਚਾ ਉਹਦੇ ਨਾਲ ਔਖਾਂ ਮਹਿਸੂਸ ਕਰਦਾ ਹੈਗਾ ਟ੍ਰਬਲਡ ਮਹਿਸੂਸ ਕਰਦਾ ਹੁਣ ਉਹ ਆਪਣੇ ਮਨ ਦੀ ਗੱਲ ਤਾਂ ਕਹਿ ਨਹੀਂ ਸਕਦਾ ਬਿਕੋਜ਼ ਹੀ ਇਸ ਫੇਸਿੰਗ ਐਨ ਅਥੋਰਿਟੇਟਿਵ ਫਿਗਰ ਰਾਈਟ ਔਰ ਉਹਨੂੰ ਰੀਜ਼ਨ ਦੇ ਨਾਲ ਉਹਦੀ ਗੱਲ ਨੂੰ ਨਹੀਂ ਪਛਾਣਿਆ ਗਿਆ ਫਿਰ ਆਪਣੀ ਗੱਲ ਨੂੰ ਬਾਹਰ ਲੈ ਕੇ ਜਾਂਦਾ ਬਾਹਰ ਕਿਸੇ ਨਾਲ ਗੱਲ ਕਰਦਾ ਹੈਗਾ ਤਾਂ ਜ਼ਰੂਰੀ ਨਹੀਂ ਹੈਗਾ ਕਿ ਜਦੋਂ ਉਹ ਬਾਹਰ ਗੱਲ ਕਰੇਗਾ ਤਾਂ ਉਹਨੂੰ ਉਹ ਸਪੋਰਟ ਉਸ ਅਨਸਾਰ ਹੀ ਮਿਲੇਗੀ ਜਿਹੜੀ ਕਿ ਉਹਨੂੰ ਕੋਈ ਜਿਮੀਨਤ ਸਿੱਧ ਦੇ ਸਕੇ ਬਿਲਕੁਲ ਐਬਸੋਲੂਟਲੀ ਉਹਨੂੰ ਜਿਹੜੀ ਪੁੱਠੀ ਸੋਚ ਵਾਲਾ ਵਿਅਕਤੀ ਮਿਲਣ ਦੇ ਵੀ ਚਾਂਸ ਹੋ ਸਕਦੇ ਆ ਜਿਹੜਾ ਕਿ ਉਹਨੂੰ ਕੋਈ ਇਹੋ ਜੀ ਸਲਾਹ ਵੀ ਦੇ ਸਕਦਾ ਹੈਗਾ ਉਹ ਤੋਂ ਛੱਡ ਭੁੱਲ ਇਹਨਾਂ ਗੱਲਾਂ ਨੂੰ ਭੁੱਲਣ ਦਾ ਇੱਕ ਇਹ ਜ਼ਰੀਆ ਠੀਕ ਆ ਆ ਚੀਜ਼ ਲੈ ਮਨ ਤੇ ਭਾਰਨਾ ਪਾ ਇਹ ਚੀਜ਼ ਤੁਹਾਨੂੰ ਲੈਣ ਨਾਲ ਛੇਤੀ ਤਰ੍ਹਾਂ ਮਨ ਨੂੰ ਸਕੂਨ ਮਿਲੇਗਾ ਹੂੰ ਤੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਈ ਕੇਸਿਸ ਹੈਗੀਆਂ ਜਿਹੜੇ ਅਸੀਂ ਪ੍ਰੈਕਟਿਸ 'ਚ ਵੇਖਦੇ ਆ ਕਿ ਜਦੋਂ ਉਹਨਾਂ ਦੀ ਕੁਰੇਦ ਕੇ ਵੇਖਦੇ ਆ ਫੈਮਿਲੀ ਲਾਈਫ ਨੂੰ ਉਹਨਾਂ ਦੇ ਸਿਚੁਏਸ਼ਨਸ ਨੂੰ ਜੀ ਕਿਹੇ ਜੇ ਹਾਲਾਤਾਂ ਦੇ ਵਿੱਚ ਉਹਨਾਂ ਦਾ ਪਾਲਣ ਪੋਸਣ ਹੋਇਆ ਹੈਗਾ ਮਾਪਿਓ ਦਾ ਸੁਭਾਅ ਕਿਹੋ ਜਿਹਾ ਸੀਗਾ ਉਹਨਾਂ ਦੇ ਕੰਮਕਾਰ ਕਿਸ ਤਰ੍ਹਾਂ ਦੇ ਸੀਗੇ ਉਹਦੇ ਵਿੱਚੋਂ ਫਿਰ ਇੱਕ ਸਿਚੁਏਸ਼ਨਸ ਜਿਹੜੀਆਂ ਉੱਭਰਦੀਆਂ ਜਿਹਦੇ ਵਿੱਚ ਬੱਚਾ ਪਲਿਆ ਤਾਂ ਉਹ ਇਹੀ ਇਸ ਚੀਜ਼ ਵੱਲ ਇਸ਼ਾਰਾ ਕਰਦੀਆਂ ਕਿ ਇਸ ਬੱਚੇ ਨੂੰ ਮੈਂਟਲੀ ਇਮੋਸ਼ਨਲੀ ਸਮਝਿਆ ਨਹੀਂ ਗਿਆ ਰਾਈਟ ਦਬਾਇਆ ਗਿਆ ਠੀਕ ਔਰ ਪੇਰੈਂਟਸ ਨੇ ਵੀ ਕੋਈ ਪਰਵਾਹ ਨਹੀਂ ਕੀਤੀ ਕਿ ਆਪਣੇ ਬੱਚੇ ਨੂੰ ਕੋਈ ਸਹਿਦ ਦੇ ਸਕੇ ਰਾਦਰ ਉਹ ਆਪਣੇ ਹੀ ਲੜਾਈ ਝਗੜਿਆਂ ਦੇ ਵਿੱਚ ਪਏ ਰਹੇ ਜਿਹਦੇ ਕਰਕੇ ਬੱਚੇ ਨੇ ਆਪਣੇ ਆਪ ਨੂੰ ਅਬੰਡਨ ਮਹਿਸੂਸ ਕੀਤਾ ਰਾਈਟ ਤੇ ਉਹਨੇ ਫਿਰ ਕੋਈ ਨਾ ਕੋਈ ਅਜੀ ਚੀਜ਼ ਦਾ ਸਹਾਰਾ ਲਿਆ ਜਿਵੇਂ ਵੱਡਾ ਹੋਇਆ ਤੇ ਗਲਤ ਪਾਸੇ ਨਤੁਰਾ ਪਰ ਇਹ ਦਿੱ ਸੋਸ਼ਲ ਰਿਸੈਪਟੈਂਸ ਸਟਡੀ ਹੈਗੀ ਐ ਇਸ ਹੁਣ ਨਸ਼ਿਆਂ ਦੀ ਜਿਹੜੀ ਹੋ ਗਈ ਹੈ ਯੂ ਨੋ ਕੋਈ ਵੀ ਐਸੀ ਪਾਰਟੀ ਜਿੱਥੇ ਨਸ਼ਾ ਨਾ ਵਰਤਾਇਆ ਜਾਏ ਉਸਨੂੰ ਪਾਰਟੀ ਨਹੀਂ ਮੰਨਿਆ ਜਾਂਦਾ ਜਾਂ ਘਰਾਂ ਦੇ ਵਿੱਚ ਵੀ ਇੱਕ ਐਸਾ ਮਾਹੌਲ ਹੈ ਕਿ ਕੋਈ ਗੈਸਟ ਵੀ ਆਏ ਤੇ ਨਾ ਨਸ਼ਾ ਸ਼ਰਾਬ ਪੀ ਆਈ ਜਾਏ ਤੇ ਸਮਝਿਆ ਜਾਂਦਾ ਕਿ ਇਹ ਤਾਂ ਕੋਈ ਇਹਨਾਂ ਖਾਤਰ ਨਹੀਂ ਹੋਈ ਜਿਸ ਤਰ੍ਹਾਂ ਆਪਣੇ ਪੰਜਾਬੀਆਂ ਦੀ ਸੀ ਗੱਲ ਕਰਦੇ ਹੈਗੇ ਸੋ ਇਹ ਸੋਸ਼ਲ ਐਕਸੈਪਟੈਂਸ ਜਿਹੜੀ ਵਧ ਰਹੀ ਪਹਿਲਾਂ ਵੀ ਸੀ ਇਹ ਨਹੀਂ ਕਿ ਪਹਿਲਾਂ ਨਹੀਂ ਸੀ ਪਰ ਹੁਣ ਕਿਸੇ ਹੋਰ ਪਦਰਤੇ ਦੀ ਗੱਲ ਆ ਗਈ ਹੈ ਇਹ ਇਦਾਂ ਕਿਨਾਂ ਕੋ ਇੰਪੈਕਟ ਪੈਂਦਾ ਹੈਗਾ ਕਿਉਂਕਿ ਅਸੀਂ ਵੀ ਸੋਸਾਇਟੀ ਨਾਲ ਰਲ ਕੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਸੀਂ ਉਸ ਦੌੜ ਦੇ ਵਿੱਚ ਨਾਲ ਸਫਰ ਕਰਨਾ ਚਾਹੁੰਦੇ ਹਾਂ ਵੀ ਡੋਂਟ ਵਾਂਟ ਟੂ ਬੀ ਲੈਟ ਬਿਹਾਈਂਡ ਜੇ ਪਿੱਛੇ ਰਹਿ ਜਾਾਂਗੇ ਤਾਂ ਫਿਰ ਅੱਜ ਦੇ ਸਮਾਜ ਦੇ ਅਸੀਂ ਯੂ ਨੋ ਐਸੈਪਟੇਬਲ ਹੀ ਨਹੀਂ ਹੋਏਗੇ ਤਾਂ ਇਹਦੇ ਮਤਲਬ ਅਕ ਥੋੜਾ ਦੱਸੋ ਕਿ ਤੁਸੀਂ ਤੁਹਾਡੇ ਕੋਲ ਜਦੋਂ ਪੇਸ਼ੈਂਟਸ ਆਉਂਦੇ ਨੇ ਕਿ ਇਹ ਵੀ ਇੱਕ ਵੱਡਾ ਰੋਲ ਹੈਗਾ ਏਵਰੀਥਿੰਗ ਹੈਜ਼ ਟੂ ਸਾਈਡਸ ਆਫ ਦੀ ਕੌਇਨ ਜੀ social acceptance is connected with social rejection also right in order to being socially accepted yeah. not being rejected socially you have to be a, a part of it you have to be a part of right. it but oda ek limit hai oda particular padar hai the the moment you cross that limit ji us to baad fir jehdi hai gayi na acceptance di soch rehndi hai na fir rejection di soch rehndi hai fir oh banda apne aap ch hi gum ho ke reh janda hai right ना. so social acceptance DV ਇੱਕ ਮਾਇਨੇ ਹੈਗੇ ਆ ਉਹਦੀ ਵੀ ਇੱਕ ਲਿਮਿਟ ਹੈਗੀ ਆ ਜੀ ਤੇ ਇਹ ਨਹੀਂ ਹੈਗਾ ਕਿ ਆਪਣੇ ਰਸੇ ਆਪਾਂ ਖੁੱਲੇ ਛੱਡ ਦਈਏ ਕਿ ਵੀ ਸੋਸ਼ਲ ਐਕਸੈਪਟੈਂਸ ਲੈਂਦਾ ਲੈਂਦਾ ਅਸੀਂ ਆਪਣੇ ਆਪ ਤੋਂ ਇੰਨੇ ਦੂਰ ਹੋ ਜਾਈਏ ਕਿ ਵੀ ਫੇਰ ਅਸੀਂ ਮੁੜ ਕੇ ਵਾਪਸ ਆਪਣੇ ਕੋਲ ਨਾ ਪਰਤ ਸਕੀਏ ਪਰ ਡਾਕਟਰ ਸਾਹਿਬ ਤਾਂ ਅੱਜ ਸਮਾਜ ਜੋ ਹੈਗਾ ਜਿੱਦਿਸ ਕਿ মিডিਆ ਦਾ ਬੜਾ ਇੱਕ ਅਹਿਮ ਰੋਲ ਹੈ ਫਿਲਮਾਂ ਹੋ ਗਈਆਂ ਸਾਡੇ ਗੀਤ ਸੰਗੀਤ ਜਿਹੜੇ ਆ ਰਹੇ ਨੇ ਉਹ ਸਾਨੂੰ ਪ੍ਰਭਾਵਿਤ ਕਰਦੇ ਨੇ ਪਰ ਜਦੋਂ ਉਹਨਾਂ ਚ ਇਹ ਚੀਜ਼ਾਂ ਨੂੰ ਗਲੋਰੀਫਾਈ ਕੀਤਾ ਜਾਂਦਾ ਹੈਗਾ ਤਸਕੀ ਇਹ ਸਮਝਦੇ ਨਹੀਂ ਕਿ ਇੱਕ ਆਮ ਵਿਅਕਤੀ ਜਿਹੜਾ ਹੈ ਉਹ 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 ਉਸ ਤੋਂ ਡੈਫੀਨਿਟਲੀ ਇਨਸਪਾਇਰ ਹੋਏਗਾ ਡੈਫੀਨਿਟਲੀ ਉਸਦੇ ਉੱਤੇ ਅਸਰ ਪਏਗਾ ਬਿਲਕੁਲ ਪਏਗਾ ਟੈਂਡਰ ਮਾਈਂਡ ਤੇ ਛੇਤੀ ਅਸਰ ਪਏਗਾ ਜਿਵੇਂ ਪਹਿਲਾਂ ਦੱਸਿਆ ਹੈ ਕਿ ਵੀ ਛੇਤੀ ਓਵਰਨਾਈਟ ਅਮੀਰ ਹੋਣ ਦੀ ਜਿਹੜੀ ਇੱਕ ਇਹ ਦੌੜ ਹੈ ਇਹ ਬਹੁਤ ਅੱਜਕੱਲ ਵਧ ਗਈ ਹੈ ਔਰ ਜਦੋਂ ਸਾਨੂੰ ਸੋਸ਼ਲ ਮੀਡੀਆ ਜਾਂ ਤੁਸੀਂ ਫਿਲਮਾਂ ਦੀ ਗੱਲ ਕੀਤੀ ਹੈ ਇਹਦੇ ਵਿੱਚ ਸਾਨੂੰ ਵਾਇਲੈਂਸ ਵੀ ਦਿਖਾਈ ਜਾ ਰਹੀ ਹੈ ਇਹਦੇ ਵਿੱਚ ਉਹ ਜਿੰਨੇ ਵੀ ਪੁੱਠੇ ਕੰਮ ਆ ਉਹ ਸਾਰੇ ਦਿਖਾਏ ਜਾ ਰਹੇ ਹੈਗੇ ਆ ਉਹ ਦਾ ਜਿਹੜਾ ਇਫੈਕਟ ਹੈਗਾ ਵਿਊਰ ਦੇ ਉੱਪਰ ਅਗਰ ਤਾਂ ਮੈਚੁਰ ਮਾਈਂਡਰ ਮੈਚੁਰ ਮਾਈਂਡ ਉਹਨਾਂ ਅਨਾਲਿਸਿਸ ਕਰਕੇ ਐਨਾਲਿਟিক্যাল ਵੇ ਨਾਲ ਉਸ ਦੇ ਇਫੈਕਟ ਨੂੰ ਦੇਖੇਗਾ ਤੇ ਜਿਹੜੇ ਟੈਂਡਰ ਮਾਈਂਡਸ ਹੈਗੇ ਆ ਉਹ ਟੈਂਡਰ ਮਾਈਂਡ ਨੇ ਉਹਦਾ ਜਿਹੜਾ ਇਫੈਕਟ 네ਗੇਟਿਵ ਆ ਉਹ ਨਹੀਂ ਵੇਖਣਾ ਹੈਗਾ ਉਹਨੇ ਤਾਂ ਉਹਦੇ ਵਿੱਚੋਂ ਇੱਕ ਇਹ ਦੇਖਣਾ ਵੀ ਇਹ ਥਿਸ ਇਜ਼ ਵਾਟ ਇਜ਼ ਲਾਈਫ ਰਾਈਟ ਔਰ ਉਸ ਨੂੰ ਹਾਸਲ ਕਰਨ ਵਾਸਤੇ ਜੋ ਕਿ ਇੱਕ ਟੋਟਲੀ ਫੇਕ ਪ੍ਰੋਜੈਕਸ਼ਨ ਹੈਗੀ ਬਿਲਕੁਲ ਫੇਕ ਪ੍ਰੋਜੈਕਸ਼ਨ ਆ ਉਸ ਚਾਈ ਕੋਈ ਨਹੀਂ ਹੈਗੀ ਉਸ ਨੂੰ ਰੀਅਲ ਲਾਈਫ ਦੇ ਵਿੱਚ ਆਪ ਹਾਸਲ ਕਰਨ ਵਾਸਤੇ ਔਰ ਉਹ ਵੀ ਛੇਤੀ ਹਾਸਲ ਕਰਨ ਵਾਸਤੇ ਕੋਈ ਨਾ ਕੋਈ ਜ਼ਰੀਆ ਖਤਾਰਗਾ ਜਿਹਦੇ ਵਿੱਚੋਂ ਫਿਰ ਕੀ ਵਾਇਲੈਂਸ ਵੀ ਉਭਰੇਗੀ ਕ੍ਰਾਈਮ ਵੀ ਉਭਰੇਗਾ ਉਹਦੇ ਵਿੱਚੋਂ ਆ ਜਿਹੜੀਆਂ ਸਬਸਟੈਂਸ ਅਬਿਊਜ਼ ਐ ਇਹ ਵੀ ਉਭਰੇਗੀ ਸਿਰਫ ਸਬਸਟੈਂਸ ਅਬਿਊਜ਼ ਖਾਣ ਜਾਂ ਇਸਤੇਮਾਲ ਕਰਨ ਤੱਕ ਨਹੀਂ ਹੈਗੀ ਉਸ ਨੂੰ ਅੱਗੇ ਕਿਸੇ ਹੋਰ ਨੂੰ ਵੀ ਉਸ ਚੀਜ਼ ਤੱਕ ਪਹੁੰਚਦੀ ਕਰਨਾ ਉਹ ਵੀ ਕਿ ਸਬਸਟੈਂਸ ਅਬਯੂਜ਼ ਦੇ ਵਿੱਚ ਆ ਜਾਂਦਾ ਹੈ ਸੋ ਸਾਰਾ ਇਸ ਤਰ੍ਹਾਂ ਕਰਕੇ ਜਿਹੜੀ ਇਹ ਸਿਚੁਏਸ਼ਨ ਹੈ ਔਰ ਉਹ ਮਨੁੱਖ ਉਹ ਬੱਚੇ ਛੇਤੀ ਪ੍ਰਭਾਵਿਤ ਹੁੰਦੇ ਆ ਜਿਹੜੇ ਕਿ ਟੈਂਡਰ ਮਾਈਂਡਸ ਹੈਗੇ ਆ ਜਿਨ੍ਹਾਂ ਨੂੰ ਕਿ ਐਨਾਲਿਟਿਕਲ ਸੋਚ ਨਹੀਂ ਆਣੀ ਉਹ ਡਿਵੈਲਪ ਕਰਨੀ ਪਏ ਐਨ ਇੱਕ ਛੋਟੀ ਜਿਹੀ ਬ੍ਰੇਕ ਜੀ ਵਾਪਸ ਆ ਕੇ ਕਿ ਕਿਵੇਂ ਹੋਮੋਪੈਥੀ ਜੋ ਹੈ ਉਹ ਮਦਦ ਕਰ ਸਕਦੀ ਹੈ ਜਿਹੜੇ ਵਿਅਕਤੀ ਨਸ਼ਿਆਂ ਵਿੱਚ ਫਸ ਚੁੱਕੇ ਨੇ ਇਸ ਬਾਰੇ ਜਾਣਕਾਰੀ ਲੈਣੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਥੈਂਕ ਯੂ Vancouver ਵਿੱਚ Marine Drive ਤੇ ਸਥਿਤ Real Canadian Superstore ਉਹ ਵਨ-ਸਟਾਪ ਖਰੀਦਾਰੀ ਦਾ ਹੱਲ ਹੈ ਜਿੱਥੇ ਤੁਹਾਨੂੰ ਵੈਰਾਈਟੀ, ਵੈਲਿਊ ਤੇ ਹਰ ਕਿਸਮ ਦੀਆਂ ਸਾਊਥ ਏਸ਼ੀਅਨ ਸਪੈਸ਼ੈਲिटीज ਵਾਜਿਬ ਕੀਮਤਾਂ ਤੇ ਮਿਲਦੀਆਂ ਹਨ। ਸਾਫ਼-ਸੁਥਰੀਆਂ ਹਾਈ ਕੁਆਲਿਟੀ ਤਾਜ਼ੀ ਸਬਜ਼ੀਆਂ

ਡਾਕਟਰ ਸਾਹਿਬ ਸੋ ਹੁਣ ਤੁਹਾਡੇ ਕੋਲ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਨੇ ਤੇ ਹੋਮੋਪੈਥੀ ਕਿਵੇਂ ਮਦਦ ਕਰ ਸਕਦੀ ਹੈ ਸਭ ਤੋਂ ਪਹਿਲਾਂ ਤਾਂ ਜਦੋਂ ਹੋਮੋਪੈਥੀ ਦੇ ਵਿੱਚ ਰਿਸਰਚ ਕਰਕੇ ਪ੍ਰਭਾਵਿਤ ਤੇ ਪੀੜਿਤ ਨੂੰ ਖਾਂਦਾ ਹੈਗਾ ਉਹਦਾ ਸਾਨੂੰ ਇੱਕ ਸਵਾਲ ਮੈਨ ਹੁੰਦਾ ਹੈ ਜੀ ਵੀ ਮੈਂ ਇਸ ਨਸ਼ੇ ਦੀ ਆਦਤ ਤੋਂ ਜਿਵੇਂ ਛੁਟਕਾਰਾ ਪਾਵਾਂਗਾ ਮੇਰਾ ਕੰਮ ਤਾਂ ਪ੍ਰਭਾਵਿਤ ਨਹੀਂ ਹੋਏਗਾ ਹੂੰ ਮੈਂ ਆਪਣੇ ਕੰਮ ਜਾਣ ਦੇ ਯੋਗ ਯੋਗ ਹੋਵਾਂਗਾ ਕਿਉਂਕਿ ਇਸ ਦੀ ਇਸਤੇਮਾਲ ਤੋਂ ਬਿਨਾਂ ਮੈਂ ਕੁਝ ਵੀ ਕਰਨ ਯੋਗ ਨਹੀਂ ਹੈਗਾ ਠੀਕ ਤਾਂ ਅਸੀਂ ਉਸ ਮਨੁੱਖ ਨੂੰ ਜੀ ਸਟ੍ਰੇਟ ਵੇ ਇਹ ਕਹਿਣਾ ਕਿ ਵੀ ਤੂੰ ਕੰਮ ਤੇ ਵੀ ਇਮੀਡੀਏਟਲੀ ਚਲਾ ਜਾਏਗਾ ਮੇਕਸ ਨੋ ਸੈਂਸ ਰਾਈਟ ਬਿਕੋਜ਼ ਜਦੋਂ ਤੱਕ ਉਸ ਦੀ ਪੂਰੀ ਇਸ ਆਦਤ ਦੇ ਪਿੱਛੋਕੜ ਨੂੰ ਨਹੀਂ ਪਛਾਣਿਆ ਜਾਵੇਗਾ ਹੂੰ ਕਿੰਨੇ ਚਿਰ ਤੋਂ ਨਸ਼ੇ ਦੇ ਵਿੱਚ ਗ੍ਰਸਿਤ ਹੈਗਾ ਉਹਦੀ ਸਟੇਜ ਆਫ ਏਜ ਕੀ ਹੈ ਹੁਣ ਉਹਦਾ ਇਕਨੋਮਿਕ ਪੱਧਰ ਕੀ ਹੈਗਾ ਉਹਦੇ ਕੰਮਕਾਰ ਦੇ ਹਾਲਾਤ ਕੀ ਆ ਉਹਦੇ ਘਰੇਲੂ ਹਾਲਾਤ ਕੀ ਆ ਔਰ ਉਹ ਕਿਹੜੀ ਗੱਲ ਹੈ ਜਿਹੜੀ ਉਹਨੂੰ ਉਹਦੇ ਮਾਨਸਿਕ ਪੱਧਰ ਤੇ ਪ੍ਰਭਾਵਿਤ ਕਰਦਿਆਂ ਹੋਇਆਂ ਨਸ਼ੇ ਦੇ ਵੱਲ ਨੂੰ ਤੱਕਦੀ ਹੈ ਤੋਰਦੀ ਹੈ ਠੀਕ ਸੋ ਕਹਿਣ ਤੋਂ ਪਾਵ ਹੈ ਜਦੋਂ ਤੱਕ ਉਹਦੀ ਸਾਰੀ ਸਿਚੁਏਸ਼ਨ ਦਾ ਮੁਲਾਂਕਣ ਨਹੀਂ ਕਰ ਲਿਆ ਜਾਂਦਾ ਉਦੋਂ ਤੱਕ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਬਹੁਤ ਔਖੇ ਹੋ ਜਾਂਦੇ ਹੈ ਰਾਈਟ ਸੋ ਜਦੋਂ ਸਾਡੇ ਕੋਲ ਮਨੁੱਖ ਆਂਦਾ ਅਸੀਂ ਉਹਨੂੰ ਪੂਰੀ ਡਿਟੇਲ ਚ ਹਿਸਟਰੀ ਉਹਦੀ ਲੈ ਕੇ ਜਿਵੇਂ ਪਹਿਲਾਂ ਹੀ ਮੈਂ ਦੱਸਿਆ ਹੈਗਾ ਵੀ ਉਹਦੇ ਹਾਲਾਤ ਕਿਹੜੇ ਆ ਜਿਨ੍ਹਾਂ ਦੇ ਵਿੱਚ ਉਹਨੂੰ ਇਸ ਨਸ਼ੇ ਦੀ ਆਦਤ ਪਈ ਕੀ ਉਹਨੂੰ ਕੰਮ ਤੋਂ ਪਈ ਹੈ ਘਰ ਦੇ ਕਿਸੇ ਘਰੇਲੂ ਹਾਲਾਤ ਦੇ ਵਿੱਚੋਂ ਪਈ ਹੈ ਜਾਂ ਉਹਨੂੰ ਜ਼ਿੰਦਗੀ ਦੇ ਵਿੱਚ ਫੇਲਿਅਰਸ ਕਿਤੇ ਸਾਹਮਣਾ ਕਰਨਾ ਪਿਆ ਸਕਸੀਡ ਨਹੀਂ ਕਰ ਪਾਇਆ ਜਾਂ ਉਹਨੂੰ ਕੋਈ ਬੁੱਲਿੰਗ ਉਹਦੀ ਹੋਈ ਹੈ ਜਾਂ ਉਹਦੇ ਪੀਅਰ ਗਰੁੱਪ ਨੇ ਉਹਨੂੰ ਜਿਹੜਾ ਹੈਗਾ ਫੋਰਸ ਕੀਤਾ ਹੈਗਾ ਜੀ ਜਾਂ ਉਹ ਇਹ ਜੀ ਕਿਸੇ ਹਾਲਾਤ ਦੇ ਵਿੱਚ ਫਸ ਗਿਆ ਜਿਹਦਾ ਕਿ ਸ਼ਿਕਾਰ ਹੋਇਆ ਕਿੰਨੀਆਂ ਹੀ ਸਿਚੁਏਸ਼ਨਸ ਹੋ ਸਕਦੀਆਂ ਪਰ ਹਰ ਇੱਕ ਸਿਚੁਏਸ਼ਨ ਇਜ਼ ਯੂਨਿਕ ਟੂ ਵਨ 기ਵਨ ਪਰਸਨ ਰਾਈਟ ਸੋ ਉਸ ਦੀ ਉਹ ਸਾਰੇ ਹਾਲਾਤ ਨੂੰ ਸਮਝ ਕੇ ਫਿਰ ਉਹਦੀ ਕਾਉਂਸਲਿੰਗ ਵੀ ਕਰਦੇ ਆ ਨਾਲ ਦੀ ਨਾਲ ਰਾਈਟ ਕਿ ਵੀ ਇਸ ਸਿਚੁਏਸ਼ਨ ਦੇ ਵਿੱਚ ਜਿਹੜੀ ਤੂੰ ਲੈਂਡ ਕਰ ਗਿਆ ਔਰ ਅੱਜ ਪਸਤਾਵ ਦੇ ਮੂਡ ਦੇ ਵਿੱਚ ਇਨਟਰਸਪੈਕਸ਼ਨ ਕਰਦਾ ਪਿਆ ਤਾਂ ਉਹ ਸਿਚੁਏਸ਼ਨ ਦੇ ਵਿੱਚ ਅਗਰ ਤੂੰ ਇਸ ਟਰ ਦੇ ਬਿਹੇਵੀਅਰ ਆਪਣਾ ਢਾਲ ਲੈਂਦਾ ਤਾਂ ਤੈਨੂੰ ਬੈਟਰ ਹੁੰਦਾ ਪਰ ਟਾਈਮ ਬਾਏ ਗੋਨ ਇਜ਼ ਔਲਰੇਡੀ ਗੋਨ ਆਫਕੋਰਸ ਉਹਨੂੰ ਨਹੀਂ ਫੜ ਸਕਦੇ ਪਰ ਉਹਦੇ ਵਿੱਚੋਂ ਜਿਹੜੇ ਤੇਰੇ ਹਾਲਾਤ ਉੱਭਰੇ ਆ ਜੋ ਜੋ ਅੱਜ ਦੀ ਤਰੀਕ ਦੇ ਵਿੱਚ ਹੈਗੇ ਉਹ ਸਾਰੇ ਸਾਡੇ ਨਾਲ ਸ਼ੇਅਰ ਕਰ ਠੀਕ ਇਕਨੋਮਿਕਲੀ ਸ਼ੈਟਰ ਹੋਏ ਫਿਰ ਹੋ ਜਾਂਦੇ ਆ ਰਾਈਟ ਇਮੋਸ਼ਨਲੀ ਸ਼ੈਟਰ ਹੋ ਜਾਂਦੇ ਆ ਫਿਜ਼ੀਕਲ ਕੰਪਲੇਂਟਸ ਦਾ ਵੀ ਸਹਾਰਾ ਦੀ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਨੀਂਦ ਉਹਨਾਂ ਨੂੰ ਨਹੀਂ ਆਉਂਦੀ ਹੈਗੀ ਬੇਚੈਨੀ ਲੱਗੀ ਰਹਿੰਦੀ ਹੈ ਤੇ ਉਹ ਟ੍ਰੈਵਲ ਵੀ ਨਹੀਂ ਕਿਤੇ ਕਰ ਸਕਦੇ ਇਹ ਹੀ ਡਰ ਉਹਨਾਂ ਨੂੰ ਲੱਗਿਆ ਰਹਿੰਦਾ ਕਿ ਮੈਂ ਕਿਸ ਤਰ੍ਹਾਂ ਉੱਥੇ ਪਹੁੰਚਾਂਗਾ ਕੰਮ ਦੇ ਵਿੱਚ ਕਿਵੇਂ ਐਫੀਸ਼ੀਐਂਸੀ ਵਿਖਾਵਾਂਗਾ ਅਗਰ ਮੈਂ ਇਸ ਦਾ ਸਾਰਾ ਨਹੀਂ ਲੈਂਦਾ ਠੀਕ ਤਾਂ ਐਕਚੁਅਲੀ ਇੱਕ ਤਰ੍ਹਾਂ ਇੰਪ੍ਰਿਜ਼ਨਮੈਂਟ ਜਿਵੇਂ ਹੁੰਦੀ ਹੈ ਸੈਲਫ ਕ੍ਰੀਏਟਿਡ ਇੰਪ੍ਰਿਜ਼ਨਮੈਂਟ ਹੋ ਜਾਂਦੀ ਹੈ ਪਰਸਨ ਫੀਲਸ ਐਜ਼ ਇਫ ਹੀ ਇਜ਼ ਇੰਪ੍ਰਿਜ਼ਨਡ ਉਸ ਤੋਂ ਉਹਨੂੰ ਲਿਬਰੇਟ ਕਰਨਾ ਉਸ ਤੋਂ ਉਹਨੂੰ ਛੁਟਕਾਰਾ ਦਿਵਾਣਾ ਐਟ ਦੀ ਸੇਮ ਟਾਈਮ ਉਹਨੂੰ ਉਹਨਾਂ ਤਕਲੀਫਾਂ ਤੋਂ ਵੀ ਦੂਰ ਰੱਖਣਾ ਜਿਹੜੀਆਂ ਕਿ ਉਹਨੂੰ ਸਬਸਟੈਂਸ ਨਾ ਲੈਣ ਤੋਂ ਫੇਸ ਕਰ ਸਕਦਾ রাইਟ ਸੋ ਫਿਰ ਮੈਡੀਸਨ ਦੀ ਚੋਣ ਕੀਤੀ ਜਾਂਦੀ ਹੈ ਔਰ ਉਹਨੂੰ ਤਰੀਕੇ ਸਰ ਸਮਝਾਇਆ ਜਾਂਦਾ ਹੈਗਾ ਵੀ ਇਟਸ ਨਾਟ ਐਨ ਓਵਰਨਾਈਟ ਗੇਮ রাইਟ ਠੀਕ ਹੈ ਤੇਰਾ ਕੋਆਪਰੇਸ਼ਨ ਵੀ ਸਾਨੂੰ ਚਾਹੀਦਾ ਹੈਗਾ ਜਦੋਂ ਕਿ ਮੈਡੀਸਨ ਨੇ ਐਕਟ ਕਰਨਾ ਹੈਗਾ ਐਂਡ ਸਮਝ ਜ਼ਰੂਰ ਲੱਗਦਾ ਹੈਗਾ ਪਰ ਅਗੇਨ ਇਟ ਡਿਪੈਂਡਸ ਅਪਨ ਕਿ ਵੀ ਤੂੰ ਕਹੇ ਜੀ ਸਿਚੁਏਸ਼ਨਸ ਦੇ ਵਿੱਚ ਜਾ ਰਿਹਾ ਹੈਗਾ ਆਪਣੇ ਆਪਣੇ ਆਪ ਦੇ ਪ੍ਰਤੀ ਕਿੰਨੇ ਜਿੰਮੇਵਾਰੀ ਲੈਣ ਦੇ ਕਾਬਿਲ ਆ ਉਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੀ ਦਵਾਈ ਨੇ ਆਪਣਾ ਕੰਮ ਕਰਨਾ ਹੈਗਾ ਨਾ ਕਿ ਇਹ ਤੁਸੀਂ ਕਹੋ ਜੀ ਮੈਂ ਅੱਜ ਦਵਾਈ ਲੈ ਲਈ ਤੇ ਹੋਵੇ ਤਾਂ एवरीथिंग ਇਜ਼ ਡਨ ਨੋ ਇਟਸ ਕੰਸਿਸਟੈਂਟ ਐਫਰਟ ਪਰਸਿਸਟੈਂਟ ਐਫਰਟ ਭਾਵਨਾਤਮਕ ਤੇ ਅਧਿਆਤਮਕ ਤਾਲ ਦੇ ਉੱਤੇ ਵੀ ਇਨਸਾਨ ਉੱਤੇ ਬਹੁਤ ਅਸਰ ਪੈਂਦਾ ਹੈਗਾ ਜੀ ਅਧਿਆਤਮਕਤਾ ਦੀ ਜਦ ਤੁਸੀਂ ਗੱਲ ਕਰਦੇ ਆ ਧਰਮ ਬਹੁਤ ਇੱਕ ਅਹਿਮ ਰੋਲ ਪਲੇ ਕਰਦਾ ਹੈ ਹਰ ਇੱਕ ਦੀ ਜ਼ਿੰਦਗੀ ਜਿਹੜਾ ਵੀ ਉਸ ਨਾਲ ਤਾਰ ਮੈਂ ਉਸ ਨੂੰ ਮੁਬਾਰਕ ਕੀ ਇਹਦਾ ਵੀ ਸਹਾਰਾ ਲੈ ਕੇ ਇਸ ਤੋਂ ਬਚਾਇਆ ਜਾ ਸਕਦਾ ਹੈ ਬਿਲਕੁਲ ਬਚਾਇਆ ਜਾ ਸਕਦਾ ਹੈ ਜੀ ਅਸੀਂ ਦੇਖੋ ਧਾਰਮਿਕ ਜਿਹੜੇ এনवायरमेंट ਆ ਉਹਦੇ ਚ ਰਹਿੰਦੇ ਹੈਗੇ ਆ ਉਹ ਅਸੀਂ ਵੇਖਦੇ ਆ ਕਿ ਜਦੋਂ ਅਸੀਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਲੈ ਲਈਏ ਗੁਰੂ ਸ਼ਬਦ ਦੇ ਲੜ ਨਾਲ ਲੱਗ ਜਾਈਏ ਹੈਗਾ ਜੀ ਕਈਆਂ ਦੇ ਐਜ ਐਗਜ਼ਾਮਪਲਸ ਹੈਗੇ ਆ ਜਿਨ੍ਹਾਂ ਨੇ ਕਿ ਆਪਣੇ ਮਨ ਨੂੰ ਕੰਟਰੋਲ ਕੀਤਾ ਹੈਗਾ ਠੀਕ ਐਟ ਦੀ ਐਂਡ ਆਫ ਦਾ ਡੇ ਹੈ ਤਾਂ ਮਨ ਦੀ ਹੀ ਖੇਡ ਹੈ ਤੇ ਕਈ ਇਹ ਜਿਹੇ ਵੀ ਕੇਸਿਸ ਹੈਗੇ ਆ ਜਿਨ੍ਹਾਂ ਨੇ ਆਪਣੇ ਆਪ ਨੂੰ ਪੂਰਾ ਧਰਮ ਵੱਲ ਲਾਇਆ ਹੂੰ ਕੁਦਾਰਾ ਸਾਹਿਬ ਦੇ ਕੀਰਤਨ ਸੁਣਿਆ ਹੂੰ ਨਿਤਨੇਮ ਨੂੰ ਅਪਣਾਇਆ ਠੀਕ ਉਹ ਵੀ ਇਹਦੇ ਵਿੱਚੋਂ ਨਿਕਲੇ ਹੈਗੇ ਸੋ ਧਰਮ ਦਾ ਔਰ ਆਪਣੇ ਫੇਥ ਦਾ ਜਿਹੜਾ ਇੱਕ ਰੋਲ ਹੈ ਉਹ ਬਹੁਤ ਹੀ ਅਹਿਮ ਹੈ ਕਿਉਂਕਿ ਖੇੜ ਤਾਂ ਮੰਦੀ ਹੈ ਨਾ ਜੀ ਬਿਲਕੁਲ ਜੀ ਸੰਤੁਲਨਤਾ ਮੰਦਾ ਉਹ ਤੁਸੀਂ ਕਿਸੇ ਤਰ੍ਹਾਂ ਵੀ ਪ੍ਰਾਪਤ ਕਰ ਸਕਦੇ ਹੋ ਠੀਕ ਮੈਡੀਟੇਸ਼ਨ ਦੇ ਜ਼ਰੀਏ ਰਾਈਟ ਧਾਰਮਿਕ ਜਿਹੜੀ ਆਪਣਾ ਪੂਜਾ ਪਾਠ ਦੇ ਜ਼ਰੀਏ ਆਪਣੇ ਮਨ ਨੂੰ ਤੁਸੀਂ ਸੰਤੁਲਨ ਦੇ ਵਿੱਚ ਲਿਆ ਸਕਦੇ ਹੋ রাইਟ ਸੋ ਗੱਲ ਤਾਂ ਆਪਣੇ ਆਪ ਤੇ ਸੈਲਫ ਕੰਟਰੋਲ ਦੀ ਹੈ ਐਟ ਦਿ ਐਂਡ ਆਫ ਦਿ ਡੇ ਸੋ ਬੇਸਿਕਲੀ ਜਿੱਥੇ ਸੈਲਫ ਕੰਟਰੋਲ ਤਾਂ ਉਸ ਵਿਅਕਤੀ ਨੇ ਕਰਨਾ ਪਰ ਪਰਿਵਾਰ ਦਾ ਬੜਾ ਇੱਕ ਅਹਿਮ ਰੋਲ ਹੁੰਦਾ ਹੈ ਆਮ ਤੌਰ ਤੇ ਜਿਹੜੇ ਡਾਕਟਰ ਸਾਹਿਬ ਸੁਣਨ ਨੂੰ ਮਿਲਦਾ ਹੈਗਾ ਕਿ ਜੀ ਅਸੀਂ ਤੰਗ ਆ ਚੁੱਕੀਆਂ ਅਸੀਂ ਚੇਂਜ ਚਾਹੁੰਦੇ ਆ ਪਰ ਕਈ ਵਾਰ ਉਹ ਵਿਅਕਤੀ ਜਿਹੜਾ ਹੈਗਾ ਉਹ ਅਜੇ ਉਸ ਸਟੇਜ ਤੇ ਨਹੀਂ ਆਇਆ ਕਿ ਜਿਹੜਾ ਸਹਿਯੋਗ ਦੇਣਾ ਚਾਹੁੰਦਾ ਹੈਗਾ ਤਾਂ ਉਸ ਸਮੇਂ ਖੀਰ ਵਿੱਚ ਸਾਨੂੰ ਇਹ ਦੱਸੋ ਕਿ ਪਰਿਵਾਰ ਦਾ ਕੀ ਰੋਲ ਹੋਣਾ ਚਾਹੀਦਾ ਹੈ ਉਸ ਸਮੇਂ ਕੀ ਕੋਈ ਵੀ ਇਸ ਸਬਸਟੈਂਸ ਅਬਿਊਜ਼ ਦਾ ਸ਼ਿਕਾਰ ਹੋ ਚੁੱਕਿਆ ਹੈ ਸਭ ਤੋਂ ਪਹਿਲੀ ਗੱਲ ਤਾਂ ਪਰਿਵਾਰ ਨੂੰ ਚਾਹੀਦਾ ਉਹਦੀ ਮਦਦ ਕਰਨੀ ਹੈ ਬਿਕੋਜ਼ that person is sick ਹੀ ਇਸ ਫੇਸਿੰਗ ਸਮ ਸਿਕਨੈਸ ਰਾਈਟ ਸੋ ਉਹਦੀ ਮਦਦ ਜਿਹੜੀ ਹੈ ਹਰ ਇੱਕ ਪਰਿਵਾਰ ਦੇ ਮੈਂਬਰ ਨੂੰ ਕਰਨੀ ਬਣਦੀ ਹੈ ਨਾ ਕਿ ਉਹਨੂੰ ਤਰਸਕਾਰ ਕੀਤਾ ਜਾਵੇ ਉਹਨੂੰ ਆਪਣੇ ਤੋਂ ਦੂਰ ਨਾ ਕਰੋ ਉਹਨੂੰ ਆਪਣੇ ਨੇੜੇ ਲਿਆਓ ਉਹਦੀ ਸੁਣੋ ਉਹਦੇ ਨਾਲ ਹਮਦਰਦੀ ਕਰੋ ਉਹਨੂੰ ਉਹਦੀਆਂ ਪ੍ਰੋਬਲਮਸ ਪੁੱਛੋ ਕਿ ਵੀ ਤੈਨੂੰ ਉਹ ਗੱਲਾਂ ਦੱਸ ਜਿਹੜੀਆਂ ਕਿ ਤੈਨੂੰ ਉਹ ਔਖੀਆਂ ਕਰ ਰਹੀਆਂ ਜਿਹੜੀਆਂ ਕਿ ਤੈਨੂੰ ਚੰਗੀਆਂ ਨਹੀਂ ਲੱਗ ਰਹੀਆਂ ਤੇ ਅਸੀਂ ਤੇਰੀ ਉਹਦੇ 'ਚ ਕੀ ਮਦਦ ਕਰ ਸਕਦੇ ਆ ਰਾਈਟ ਆਫਟਰ ਆਲ ਜਿਹੜਾ ਫੈਮਿਲੀ ਯੂਨਿਟ ਹੈਗਾ ਉਹ ਇਸ ਤਰ੍ਹਾਂ ਇੰਟਰਵਿਊਨ ਹੈ ਇਮੋਸ਼ਨਲੀ ਵੀ ਤੇ ਤਾਂ ਕਿ ਅਸੀਂ ਇੱਕ ਦੂਜੇ ਦਾ ਸਹਾਰਾ ਬਣਦੇ ਹੋਏ ਰਾਈਟ ਠੀਕ ਹੈ ਅੱਗੇ ਵਧੀਏ ਔਰ ਮੁੱਖ ਤੌਰ ਤੇ ਅਸੀਂ ਆਪਣੇ ਬੱਚਿਆਂ ਨੂੰ ਚੰਗੀਆਂ ਪੋਜੀਸ਼ਨਾਂ ਹਾਸਲ ਕਰਦੇ ਆ ਕੈਰੀਅਰ ਦੇ ਵਿੱਚ ਉੱਚ ਉੱਠਦੇ ਹੋਏ ਵੇਖ ਸਕੀਏ ਤਾਂ ਪਰਿਵਾਰ ਦਾ ਸਹਾਈ ਹੋਣਾ ਇੱਕ ਇਮੋਸ਼ਨਲ ਸਪੋਰਟ ਦੇਣੀ ਬਹੁਤ ਜ਼ਰੂਰੀ ਹੈ ਠੀਕ ਨਾ ਕਿ ਉਸ ਨੂੰ ਉਹਦੇ ਗਲਤੀਆਂ ਕੱਢੀਆਂ ਜਾਣੀਆਂ ਸਿਰਫ ਫੈਕਟ ਹੀ ਯਾਦ ਕਰਾਈ ਜਾ ਬਿਲਕੁਲ ਉਹ ਉਹਨੂੰ ਉਹਦੇ ਨਾਲ ਫਾਇਦਾ ਨਹੀਂ ਹੋਏਗਾ ਉਹਨੂੰ ਨੁਕਸਾਨ ਹੀ ਹੋਏਗਾ ਤੂੰ ਦੂਰ ਜਾਏਗਾ ਉਹ ਸੋ ਲੋੜ ਨੇ ਨੇੜੇ ਲਾਣ ਦੀ ਲੋੜ ਉਹਨੂੰ ਬੁੱਕਲ ਚ ਲੈਣ ਦੀ ਲੋੜ ਉਹਦੀਆਂ ਮਾਨਸਿਕ ਪ੍ਰੋਬਲਮਸ ਨੂੰ ਸਮਝ ਕੇ ਉਸ ਨੂੰ ਟਾਰਸ ਦੇਣ ਦੀ ਜਿਹਦੇ ਵਿੱਚ ਕੇ ਬਹੁਤ ਹੀ ਵੱਡੀ ਸਹਤਾ ਮਿਲੇਗੀ ਫੈਮਿਲੀ ਪੱਧਰ ਤੇ ਬਹੁਤ ਖੁਸ਼ੀ ਬਹੁਤ ਧੰਨਵਾਦ ਤੁਹਾਡਾ ਇੱਥੇ ਆ ਕੇ ਤੁਸੀਂ ਸਾਡੇ ਨਾਲ ਇੰਪੋਰਟੈਂਟ ਇਸ਼ੂਸ ਤੇ ਗੱਲਬਾਤ ਕਰ ਰਹੇ ਹੋ ਕਿ ਕਿਵੇਂ ਕਿਉਂਕਿ ਅਗੇਨ ਜਦ ਤੁਸੀਂ ਡਾਕਟਰੀ ਦੀ ਗੱਲ ਕਰਦੇ ਆ ਜਾਂ ਮੈਡੀਸਿਨ ਦੀ ਗੱਲ ਕਰਦੇ ਆ ਤੇ ਸਿਰਫ ਅਸੀਂ ਕਈ ਵਾਰੀ ਮੈਡੀਸਿਨ ਤੱਕ ਹੀ ਸੀਮਤ ਰਹਿ ਜਾਂਦੇ ਆ ਪਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਕੰਪਰੀਹੈਂਸਿਵ ਇੱਕ ਪ੍ਰੋਜੈਕਟ ਹੈਗਾ ਮੈਂ ਕਾਂਗਾ ਕਿ ਸਰੀਰਕ ਮਾਨਸਿਕ ਲੈਵਲ ਦੇ ਉੱਤੇ ਤੇ ਇਮੋਸ਼ਨਲ ਲੈਵਲ ਦੇ ਉੱਤੇ ਜਦੋਂ ਤੁਸੀਂ ਇਹਦਾ ਸੰਮੇਲ ਜਦੋਂ ਹੁੰਦਾ ਹੈ ਸਹੀ ਹੌਲਿਸਟਿਕ ਅਪਰੋਚ ਹੈ ਹੌਲਿਸਟਿਕ ਅਪਰੋਚ ਰਾਈਟ ਥੈਂਕ ਯੂ ਵੈਰੀ ਮਚ ਫਾਰ ਅਟੈਂਡ ਧੰਨਵਾਦ ਜਰਪ੍ਰੀ